ਚੋਰਾਂ ਨੇ 1 ਲੱਖ ਦੀ ਸਿਗਰਟ ਕੀਤੀ ਚੋਰੀ। ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਵਾਰਦਾਤ। ਦੱਸਦੇ ਕਿ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਇਸ ਵਾਰ ਕੋਈ ਕੀਮਤੀ ਗਹਿਣੇ ਜਾਂ ਨਕਦੀ ਦੀ ਚੋਰੀ ਨਹੀਂ, ਸਗੋਂ ਚੋਰਾਂ ਵੱਲੋਂ ਇਸ ਵਾਰ ਸਿਗਰਟਾਂ ਤੇ ਹੱਥ ਸਾਫ਼ ਕੀਤਾ ਗਿਆ, ਜਿਸ ਦੀ 1 ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰ ਗੋਦਾਮ ਦੇ ਵਿੱਚ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਕਪੂਰਥਲਾ ਸ਼ਹਿਰ ਦੀ ਹੈ, ਜਿੱਥੇ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸਿਗਰਟ ਦੇ ਵਪਾਰੀ ਦਾ ਗੋਦਾਮ ਹੈ, ਜਿੱਥੇ ਦੇਰ ਰਾਤ 2 ਅਣਪਛਾਤੇ ਚੋਰ ਤਾਲਾ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਕਰੀਬ 1.5 ਲੱਖ ਰੁਪਏ ਦੀ ਸਿਗਰਟ ਚੋਰੀ ਕਰ ਲੈਂਦੇ ਨੇ ਤੇ ਗੋਦਾਮ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਇਹ ਸਾਰੀ ਚੋਰੀ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਦੇ ਕਿ ਇਹਨਾਂ ਵੱਲੋਂ ਗੋਦਾਮ ਦੇ ਵਿੱਚ ਮਹਿੰਗੇ ਬ੍ਰਾਂਡ ਦੀਆਂ ਸਿਗਰਟਾਂ ਦੇ 3 ਡੱਬੇ ਚੋਰੀ ਕੀਤੇ ਗਏ ਨੇ ਤੇ ਇਸ ਸੰਬੰਧੀ ਗੋਦਾਮ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਇਹ ਕਿਸੇ ਆਪਣੇ ਹੀ ਬੰਦੇ ਦਾ ਕੰਮ ਲੱਗਦਾ ਹੈ, ਕਿਉਂਕਿ ਇਹ ਸਾਰਾ ਮਾਲ ਕੱਲ੍ਹ ਸ਼ਾਮ ਨੂੰ ਹੀ ਆਇਆ ਸੀ, ਜਿਸ ਦੀ ਜਾਣਕਾਰੀ ਕਿਸੇ ਆਪਣੇ ਬੰਦੇ ਨੂੰ ਹੀ ਹੋ ਸਕਦੀ ਹੈ। ਚੋਰਾਂ ਨੇ 1 ਲੱਖ ਦੀ ਸਿਗਰਟ ਕੀਤੀ ਚੋਰੀ। ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਵਾਰਦਾਤ। ਦੱਸਦੇ ਕਿ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਇਸ ਵਾਰ ਕੋਈ ਕੀਮਤੀ ਗਹਿਣੇ ਜਾਂ ਨਕਦੀ ਦੀ ਚੋਰੀ ਨਹੀਂ, ਸਗੋਂ ਚੋਰਾਂ ਵੱਲੋਂ ਇਸ ਵਾਰ ਸਿਗਰਟਾਂ ਤੇ ਹੱਥ ਸਾਫ਼ ਕੀਤਾ ਗਿਆ, ਜਿਸ ਦੀ 1 ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰ ਗੋਦਾਮ ਦੇ ਵਿੱਚ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਕਪੂਰਥਲਾ ਸ਼ਹਿਰ ਦੀ ਹੈ, ਜਿੱਥੇ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸਿਗਰਟ ਦੇ ਵਪਾਰੀ ਦਾ ਗੋਦਾਮ ਹੈ, ਜਿੱਥੇ ਦੇਰ ਰਾਤ 2 ਅਣਪਛਾਤੇ ਚੋਰ ਤਾਲਾ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਕਰੀਬ 1.5 ਲੱਖ ਰੁਪਏ ਦੀ ਸਿਗਰਟ ਚੋਰੀ ਕਰ ਲੈਂਦੇ ਨੇ ਤੇ ਗੋਦਾਮ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਇਹ ਸਾਰੀ ਚੋਰੀ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਦੇ ਕਿ ਇਹਨਾਂ ਵੱਲੋਂ ਗੋਦਾਮ ਦੇ ਵਿੱਚ ਮਹਿੰਗੇ ਬ੍ਰਾਂਡ ਦੀਆਂ ਸਿਗਰਟਾਂ ਦੇ 3 ਡੱਬੇ ਚੋਰੀ ਕੀਤੇ ਗਏ ਨੇ ਤੇ ਇਸ ਸੰਬੰਧੀ ਗੋਦਾਮ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਇਹ ਕਿਸੇ ਆਪਣੇ ਹੀ ਬੰਦੇ ਦਾ ਕੰਮ ਲੱਗਦਾ ਹੈ, ਕਿਉਂਕਿ ਇਹ ਸਾਰਾ ਮਾਲ ਕੱਲ੍ਹ ਸ਼ਾਮ ਨੂੰ ਹੀ ਆਇਆ ਸੀ, ਜਿਸ ਦੀ ਜਾਣਕਾਰੀ ਕਿਸੇ ਆਪਣੇ ਬੰਦੇ ਨੂੰ ਹੀ ਹੋ ਸਕਦੀ ਹੈ। ਚੋਰਾਂ ਨੇ 1 ਲੱਖ ਦੀ ਸਿਗਰਟ ਕੀਤੀ ਚੋਰੀ। ਸੀਸੀਟੀਵੀ ਵਿੱਚ ਕੈਦ ਹੋਈ ਸਾਰੀ ਵਾਰਦਾਤ। ਦੱਸਦੇ ਕਿ ਚੋਰਾਂ ਵੱਲੋਂ ਵੱਡੀ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਇਸ ਵਾਰ ਕੋਈ ਕੀਮਤੀ ਗਹਿਣੇ ਜਾਂ ਨਕਦੀ ਦੀ ਚੋਰੀ ਨਹੀਂ, ਸਗੋਂ ਚੋਰਾਂ ਵੱਲੋਂ ਇਸ ਵਾਰ ਸਿਗਰਟਾਂ ਤੇ ਹੱਥ ਸਾਫ਼ ਕੀਤਾ ਗਿਆ, ਜਿਸ ਦੀ 1 ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ। ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਹ ਚੋਰ ਗੋਦਾਮ ਦੇ ਵਿੱਚ ਬੇਖੌਫ ਹੋ ਕੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਰਹੇ ਨੇ। ਮਿਲੀ ਜਾਣਕਾਰੀ ਅਨੁਸਾਰ ਇਹ ਵਾਰਦਾਤ ਕਪੂਰਥਲਾ ਸ਼ਹਿਰ ਦੀ ਹੈ, ਜਿੱਥੇ ਪੁਰਾਣੀ ਦਾਣਾ ਮੰਡੀ ਦੇ ਨਜ਼ਦੀਕ ਸਿਗਰਟ ਦੇ ਵਪਾਰੀ ਦਾ ਗੋਦਾਮ ਹੈ, ਜਿੱਥੇ ਦੇਰ ਰਾਤ 2 ਅਣਪਛਾਤੇ ਚੋਰ ਤਾਲਾ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਨੇ ਤੇ ਕਰੀਬ 1.5 ਲੱਖ ਰੁਪਏ ਦੀ ਸਿਗਰਟ ਚੋਰੀ ਕਰ ਲੈਂਦੇ ਨੇ ਤੇ ਗੋਦਾਮ ਦੇ ਵਿੱਚ ਲੱਗੇ ਸੀਸੀਟੀਵੀ ਦੇ ਵਿੱਚ ਇਹ ਸਾਰੀ ਚੋਰੀ ਕੈਦ ਹੋ ਜਾਂਦੀ ਹੈ। ਜਿਸ ਤੋਂ ਬਾਅਦ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਾਂਦੀ ਹੈ ਤੇ ਪੁਲਿਸ ਹੁਣ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਦੱਸਦੇ ਕਿ ਇਹਨਾਂ ਵੱਲੋਂ ਗੋਦਾਮ ਦੇ ਵਿੱਚ ਮਹਿੰਗੇ ਬ੍ਰਾਂਡ ਦੀਆਂ ਸਿਗਰਟਾਂ ਦੇ 3 ਡੱਬੇ ਚੋਰੀ ਕੀਤੇ ਗਏ ਨੇ ਤੇ ਇਸ ਸੰਬੰਧੀ ਗੋਦਾਮ ਮਾਲਕ ਦਾ ਕਹਿਣਾ ਹੈ ਕਿ ਸਾਨੂੰ ਇਹ ਕਿਸੇ ਆਪਣੇ ਹੀ ਬੰਦੇ ਦਾ ਕੰਮ ਲੱਗਦਾ ਹੈ, ਕਿਉਂਕਿ ਇਹ ਸਾਰਾ ਮਾਲ ਕੱਲ੍ਹ ਸ਼ਾਮ ਨੂੰ ਹੀ ਆਇਆ ਸੀ, ਜਿਸ ਦੀ ਜਾਣਕਾਰੀ ਕਿਸੇ ਆਪਣੇ ਬੰਦੇ ਨੂੰ ਹੀ ਹੋ ਸਕਦੀ ਹੈ।